ਸਿੰਘਾ ਚੌਹਾਨ ਮੈਂ ਇੱਥੇ ਦੀ ਰਹਿਣ ਵਾਲੀ ਹਾਂ ਲਾਡਵਾਲੀ ਰੋਡ ਦੀ ਅਤੇ ਮੇਰਾ ਵੇਟ ਬਹੁਤ ਜ਼ਿਆਦਾ ਸੀ ਮੈਨੂੰ ਬੀ ਪੀ ਸ਼ੂਗਰ ਦੀ ਬਹੁਤ ਜ਼ਿਆਦਾ ਸੀ ਪ੍ਰੋਬਲਮ ਮੈਡੀਸਨ ਵੀ ਮੇਰੇ 'ਤੇ ਕੋਈ ਅਸਰ ਨਹੀਂ ਕਰਦੀ ਵੀ ਸੀ ਫਿਰ ਮੈਂ ਕਾਫੀ ਜਗ੍ਹਾ ਪਤਾ ਕੀਤਾ ਆਪਰੇਸ਼ਨ ਬਾਰੇ ਪਰ ਮੈਨੂੰ ਫਿਰ ਕਿਸੇ ਨੇ ਡਾਕਟਰ ਸਾਹਿਬ ਦਾ ਦੱਸਿਆ ਤਾਂ ਮੈਨੂੰ ਬਹੁਤ ਹੀ ਮਤਲਬ ਫਾਇਦਾ ਹੋਇਆ ਮੇਰਾ 110 ਸੀ ਵੇਟ ਜਦ ਮੈਂ ਇਹਨਾਂ ਕੋਲ ਕਰਾਈ ਆਪਰੇਸ਼ਨ ਉਸ ਤੋਂ ਬਾਅਦ ਮੇਰਾ ਹੁਣ ਹੈਗਾ 75 ਅਤੇ ਸ਼ੂਗਰ ਬੀ ਪੀ ਤਾਂ ਮੈਨੂੰ ਬਿਲਕੁਲ ਵੀ ਨਹੀਂ ਗਾ ਹੋਰ ਵੀ ਮੈਨੂੰ ਕਾਫੀ ਸੀ ਪ੍ਰੋਬਲਮ ਮੇਰੇ ਮਤਲਬ ਚੱਲਣ ਫਿਰਨ 'ਚ ਸਾਹ ਬਹੁਤ ਜ਼ਿਆਦਾ ਸੀ ਚੜ੍ਹਦਾ ਗੋਡਿਆਂ ਦੀ ਪ੍ਰੋਬਲਮ ਸੀਗੀ ਕੁਛ ਮਾਈਗ੍ਰੇਨ ਵੀ ਸੀਗਾ ਸਿਰ ਦਰਦ ਹਮੇਸ਼ਾ ਸੀ ਭਾਰਾ ਭਾਰਾ ਰਹਿ ਰਹਿੰਦਾ ਪਰ ਹੁਣ ਬਿਲਕੁਲ ਠੀਕ ਆ ਕੋਈ ਮੈਂ ਮੈਡੀਸਨ ਨਹੀਂ ਲੈ ਰਹੀ ਮੈਨੂੰ ਅੱਛਾ ਲੱਗਾ ਆਪਰੇਸ਼ਨ ਮੈਂ ਕਹੂੰਗੀ ਜਿਹੜੇ ਮੇਰੇ ਵਰਗੇ ਮੋਟਾਪੇ ਵਾਲੇ ਸੀਗੇ ਉਹ ਆਵਲਾ ਆਪਰੇਸ਼ਨ ਜ਼ਰੂਰ ਕਰਾਉਣ ਅਤੇ ਆਪਣੀ ਲਾਈਫ ਨੂੰ ਇੱਕ ਨਵੀਂ ਮੋੜ ਦੇਣ ਅੱਛਾ ਵਾ ਸਾਰਿਆਂ ਨੂੰ ਇਹੀ ਸਲਾਹ ਦਿੰਦੀ ਕਿ ਜਿਹੜੇ ਇਸ ਪ੍ਰੋਬਲਮ ਤੋਂ ਜੋ ਜਿਹੜੇ ਕਹਿ ਲਓ ਜਾਂ ਜੋ ਵੀ ਕਹਿਣਾ ਤੁਸੀਂ ਮਤਲਬ ਸ਼ੂਗਰ ਦੀ ਮੈਨੂੰ ਬਹੁਤ ਜ਼ਿਆਦਾ ਸੀ ਪ੍ਰੋਬਲਮ ਪਰ ਬੀ ਪੀ ਤਾਂ ਮੇਰਾ ਬਹੁਤ ਜ਼ਿਆਦਾ ਸੀ ਦਿਨ 'ਚ ਮੈਂ 4-4 ਗੋਲੀਆਂ ਲੈ ਕੇ ਵੀ ਨੋਰਮਲ ਨਹੀਂ ਹੋ ਰਿਹਾ ਸੀ ਕਦੀ 220 ਕਦੀ 180 ਇੱਦਾਂ ਹੀ ਆ ਰਿਹਾ ਸੀ ਵੀ ਨੀਚੇ ਵਾਲਾ ਉੱਪਰ ਵਾਲਾ ਵੀ ਇੰਨਾ ਹੀ ਸੀ ਆ ਰਿਹਾ ਕਈ ਵਾਰ ਤਾਂ ਮੈਂ ਕੋਲ ਦਾਖਲ ਵੀ ਰਹੀ ਹਾਂ ਸਿਰਫ ਬੀ ਪੀ ਕਰਕੇ ਮੇਨ ਮੇਰੀ ਇਹੀ ਸੀਗੀ ਚਲੋ ਵੇਟ ਤਾਂ ਮੇਰਾ ਸੀਗਾ ਹੀ ਜ਼ਿਆਦਾ ਮੈਂ ਬਹੁਤ ਕੁਛ ਦਵਾਈਆਂ ਵਗੈਰਾ ਖਾਧੀਆਂ ਪਰ ਮੈਨੂੰ ਨਹੀਂ ਫਰਕ ਪਿਆ ਉਹਨਾਂ ਨਾਲ ਮੇਰਾ ਵੇਟ ਵਧੀਆ ਹੀ ਆ ਪਰ ਹੁਣ ਮੈਂ ਜਦੋਂ ਦੀ ਆਪਰੇਸ਼ਨ ਕਰਾਇਆ ਬਿਲਕੁਲ ਨੋਰਮਲ ਚੱਲਦਾ ਪਿਆ ਕੋਈ ਮੈਨੂੰ ਚੱਲਣ ਫਿਰ 'ਚ ਨਹੀਂ ਦਿੱਕਤ ਜਾਂ ਕਿਤੇ ਜਾਣ ਆਉਣ 'ਚ ਹਰ ਚੀਜ਼ ਦਾ ਮੈਨੂੰ ਫਾਇਦਾ ਹੀ ਹੋਇਆ ਆਪਰੇਸ਼ਨ ਦਾ ਮੈਂ ਤਾਂ ਇਹਨਾਂ ਨੂੰ ਕਹੂੰ ਜਿਹੜੇ ਮੇਰੇ ਵਰਗੇ ਹੈਗੇ ਮੋਟੇ ਹੋਰ ਵੀ ਉਹ ਇਹ ਕਰਾਉਣ ਆਪਰੇਸ਼ਨ ਬਹੁਤ ਵਧੀਆ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਕਿ ਸਾਡੀ ਲਾਈਫ ਕਿੱਦਾਂ ਚੱਲੂਗੀ ਕਿੱਦਾਂ ਬਾਅਦ 'ਚੋਂ ਬਿਲਕੁਲ ਸਹੀ ਚੱਲ ਰਹੀ 2 ਸਾਲ ਹੋ ਚੱਲੇ ਮੈਨੂੰ ਪਰ ਹੁਣ ਮੇਰਾ ਵੇਟ ਵੀ ਇੰਨੀ ਜ਼ਿਆਦਾ ਹੋਇਆ ਅੱਗੇ ਨੂੰ ਘੱਟਦਾ ਹੀ ਪਿਆ ਹਾਂ ਮੈਂ ਡਰਦੀ ਸੀ ਕਈਆਂ ਨੇ ਮੈਨੂੰ ਵਹਿਮ ਪਾਇਆ ਕਿ ਨਹੀਂ ਇਹ ਬਾਅਦ 'ਚੋਂ ਨਹੀਂ ਸਹੀ ਹੁੰਦੀ ਸ਼ਾਇਦ ਇਤਨਾ ਬੰਦਾ ਮਰ ਜਾਂਦਾ ਵਾ ਤੁਸੀਂ ਖਾਣਾ ਨਹੀਂ ਖਾਓਗੇ ਕਿੱਦਾਂ ਫਿਰ ਜੀਓਗੇ ਤੁਹਾਨੂੰ ਤਾਂ ਬਹੁਤ ਔਖਾ ਹੋ ਜਾਏਗਾ ਜੇ ਇੰਨੀ ਕੁ ਚੀਜ਼ ਖਾਓਗੀ ਫਸ ਗਈ ਜਾਂ ਕਿੱਦਾਂ ਹੋਏਗਾ ਇਸ ਕਰਕੇ ਨਹੀਂ ਮੈਂ ਕਰਾਇਆ ਸੀਗਾ ਨਹੀਂ ਮੈਨੂੰ ਕੁਛ ਨਹੀਂ ਕਦੀ ਮੈਨੂੰ ਉਲਟੀ ਤੱਕ ਵੀ ਨਹੀਂ ਆਈ ਮੈਂ ਐਵੇਂ ਤੁਹਾਨੂੰ ਕਹਾਂ ਕੁਛ ਵੀ ਪ੍ਰੋਬਲਮ ਨਹੀਂ ਆਈ ਮੈਂ ਪੂਰੀ ਆਪਣੀ ਡਾਇਟ ਲੈ ਰਹੀ ਜੋ ਮੈਨੂੰ ਕਹਿੰਦੇ ਆ ਜੋ ਮੈਨੂੰ ਜ਼ਰੂਰਤ ਮੇਰੇ ਬੋਡੀ ਨੂੰ ਆ ਮੈਂ ਉਹ ਲੈ ਰਹੀ ਸਭ ਕੁਛ ਕੋਈ ਮੈਨੂੰ ਪ੍ਰੋਬਲਮ ਨਹੀਂ ਅੱਜ ਤੱਕ ਆਈ ਮੈਂ ਕਾਫੀ ਜਣਿਆਂ ਨੂੰ ਜਾਣਦੀ ਹਾਂ ਜਿਹੜੇ ਵਿਕਾਸ ਭਾਜੀ ਵੀ ਵਿਕਾਸ ਭਾਜੀ ਵਗੈਰਾ ਮੈਂ ਸਾਰਿਆਂ ਨਾਲ ਫੋਨ 'ਤੇ ਗੱਲ ਕਰਦੀ ਹਾਂ ਕਈ ਕਈਆਂ ਦੇ ਮੇਰੇ ਤੋਂ ਨੰਬਰ ਹੈਗੇ ਆ ਉਹ ਸਾਰੇ ਕਹਿੰਦੇ ਕਿ ਸਾਨੂੰ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਵੇਟ ਦਾ ਫਰਕ ਪਿਆ 150 kg ਸੀਗਾ ਪਰ ਹੁਣ ਉਹ ਮੇਰੇ ਖਿਆਲ 'ਚ 75 kg 'ਤੇ ਆ ਗਏ ਆ ਉਹਨਾਂ ਨੂੰ ਵੀ 2 ਸਾਲ ਹੀ ਹੋਏ ਆ ਕਾਫੀ ਜ਼ਿਆਦਾ ਫਰਕ ਪੈ ਰਿਹਾ ਮੈਂ ਚਾਹੁੰਦੀ ਕਿ ਸਾਰਿਆਂ ਦਾ ਫਾਇਦਾ ਹੋਣਾ ਚਾਹੀਦਾ ਮੇਰੇ ਥੋੜ੍ਹੀ ਜਿਹੀ ਗੱਲ ਕਰਨਾ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਜੇ ਮੈਂ ਕਿਸੇ ਦੇ ਕੰਮ ਆ ਸਕਦੀ ਤਾਂ ਵਧੀਆ ਗੱਲ ਆ ਮੈਨੂੰ ਅਗਰ ਕੋਈ ਫੋਨ ਕਰਨਾ ਚਾਹੇ ਤਾਂ ਕਰ ਸਕਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਉਹਨਾਂ ਨਾਲ ਹਰ ਟਾਈਮ ਗੱਲ ਕਰਨ ਨੂੰ ਤਿਆਰ ਹਾਂ ਅਤੇ ਮੈਂ ਕਈਆਂ ਨਾਲ ਗੱਲ ਕੀਤੀ ਵੀ ਆ ਇਹ ਨਹੀਂ ਮੈਨੂੰ ਕਈਆਂ ਦੇ ਫੋਨ ਆਏ ਵੀ ਆ ਅਤੇ ਮੈਂ ਸਾਰਿਆਂ ਨੂੰ ਇਹੀ ਸਲਾਹ ਦਿੰਦੀ ਕਿ ਹਾਂ ਆਪਰੇਸ਼ਨ ਬਿਲਕੁਲ ਸਹੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਅਤੇ ਇਹ 'ਚ ਕੋਈ ਪ੍ਰੋਬਲਮ ਵੀ ਨਹੀਂ ਹੈਗੀ